ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਨਵੀਂ ਵੀਡੀਓ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਓ ਆਪਾਂ ਰਲ ਮਿਲ ਕੇ ਕਰਦਿਆਂ ਪਵਿੱਤਰ ਗੁਰਦਵਾਰਾ ਦੇ ਦਰਸ਼ਨ ਇਹ ਜੋ ਗੁਰਦੁਆਰਾ ਸਾਹਿਬ ਹੈ ਜੀ ਰਸਮੀਸ਼ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਹ ਪਵਿੱਤਰ ਅਸਥਾਨ ਹੈ ਆਓ ਫਿਰ ਆਪਾਂ ਪਵਿੱਤਰ ਅਸਥਾਨ ਦੇ ਕਰੀਏ ਦਰਸ਼ਨ ਜੀ ਜੋ ਸਾਧ ਸੰਗਤ ਜੀ ਆ ਸਾਹਮਣੇ ਪਵਿੱਤਰ ਸਥਾਨ ਆਪਾਂ ਵੇਖ ਰਹੇ ਆ ਵੇਖੋ ਕਿੰਨੀ ਸੋਹਣੀ ਬਿਲਡਿੰਗ ਜਿਹੜੀ ਐ ਇਹ ਦਰਬਾਰ ਸਾਹਿਬ ਦੀ ਬਣਾਈ ਗਈ ਐ ਬਹੁਤ ਹੀ ਖੂਬਸੂਰਤ ਬਿਲਡਿੰਗ ਐ ਜੀ ਤੇ ਇੱਥੇ ਆਪਾਂ ਸਾਹਮਣੇ ਵੇਖੋ ਜੀ ਬਹੁਤ ਸੋਹਣੀ ਬਿਲਡਿੰਗ ਐ ਆਓ ਆਪਾਂ ਕਰਦੇ ਆ ਅੰਦਰ ਗੁਰਦੁਆਰਾ ਸਾਹਿਬ ਦੇ ਅੰਦਰੋਂ ਦਰਸ਼ਨ ਤੇ ਨਾਲ ਨਾਲ ਆਓ ਭਾਈ ਤੁਸੀਂ ਵੀ ਸਾਰੇ ਦਰਸ਼ਨ ਕਰੋ ਤੇ ਨਾਲ ਹੀ ਸਤਨਾਮ ਵਾਹਿਗੁਰੂ ਜ਼ਰੂਰ ਕਮੈਂਟਾਂ ਦੇ ਵਿੱਚ ਲਿਖਿਓ ਜੀ ਤੇ ਇਥੋਂ ਦੇ ਇਤਿਹਾਸ ਦੀ ਵੀ ਆਪਾਂ ਜਾਣਕਾਰੀ ਦੰਨੇ ਆ ਸੰਗਤ ਜੀ ਇਹ ਥੋਂ ਦਾ ਕੀ ਇਤਿਹਾਸ ਹੈ ਇਹ ਸਥਾਨ ਕਿਹੜੇ ਨਗਰ ਦੇ ਵਿੱਚ ਹੈ ਕਿਹੜਾ ਜ਼ਿਲ੍ਹਾ ਹੈ ਇਹ ਵੀ ਤੁਹਾਨੂੰ ਸਾਰਾ ਦੱਸਾਂਗੇ ਆਪਾਂ ਇਹ ਇਧਰਲੇ ਪਾਸੇ ਜਿਹੜੀ ਆ ਗਲੀ ਹੈ ਜੀ ਇਧਰਲੇ ਪਾਸੇ ਹੈਗਾ ਲੰਗਰ ਹਾਲ ਨੂੰ ਇਹ ਰਸਤਾ ਜਾਂਦਾ ਤੇ ਅੱਗੇ ਦਰਬਾਰ ਸਾਹਿਬ ਦੇ ਵਿੱਚ ਇਹ ਮੇਨ ਐਂਟਰੀ ਤੋਂ ਅੱਗੇ ਜਾ ਕੇ ਆਪਾਂ ਪਾਈ ਸਾਹਮਣੇ ਜਿਹੜੀਆਂ ਨੇ ਮੇਨ ਪੌੜੀਆਂ ਦਰਬਾਰ ਸਾਹਿਬ ਨੂੰ ਜਿਹੜੇ ਸਟੈਪ ਚੜ੍ਹਦੇ ਨੇ ਤੇ ਅੱਗੇ ਆਪਾਂ ਜੀ ਚਲਦੇ ਆਂ ਦਰਬਾਰ ਸਾਹਿਬ ਦੇ ਵਿੱਚ ਤੇ ਨਾਲ ਹੀ ਤੁਹਾਨੂੰ ਭਾਈ ਇਥੋਂ ਦਾ ਇਤਿਹਾਸ ਜਿਹੜਾ ਮੈਂ ਸੰਖੇਪ ਰੂਪ ਦੇ ਵਿੱਚ ਦੱਸਾਂਗਾ ਤਾਂ ਜੋ ਜਿਹੜੀ ਵੀਡੀਓ ਦੀ ਲੈਂਥ ਹੈ ਇਹ ਬਹੁਤੀ ਲੰਮੀ ਨਾ ਹੋਵੇ ਇਸ ਕਰਕੇ ਆਪਾਂ ਸੰਖੇਪ ਇਤਿਹਾਸ ਦੱਸਾਂਗੇ ਤੁਹਾਨੂੰ ਤੇ ਇਹ ਆਗੇ ਜੇ ਹੁਣ ਆਪਾਂ ਮੇਨ ਐਂਟਰੀ ਦੇ ਉੱਤੇ ਉਹ ਸਾਹਮਣੇ ਦੇਖ ਸਕਦੇ ਹੋ ਤੁਸੀਂ ਗੁਰਦੁਆਰਾ ਪੋਰਾ ਸਾਹਿਬ ਪਾਤਸ਼ਾਹੀ 10ਵੀਂ ਦਰਬਾਰ ਸਾਹਿਬ ਦੇ 메인 게이트 ਦੇ ਜਿੱਥੇ ਦਰਬਾਰ ਸਾਹਿਬ ਦੀ 메인 ਐਂਟਰੀ ਹੈ ਜੀ ਉਹ 게ਟ ਦੇ ਉੱਤੇ ਲਿਖਿਆ ਹੋਇਆ ਤੇ ਆ ਦਰਬਾਰ ਸਾਹਿਬ ਦਾ ਜਿਹੜਾ ਭਾਈ 게ਟ ਹੈ ਇਹ ਵੀ ਬਹੁਤ ਸੋਹਣਾ ਬਣਾਇਆ ਹੋਇਆਗਾ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਇਹਦੀ ਡਿਜ਼ਾਈਨਿੰਗ ਕੀਤੀ ਗਈ ਹੈ ਅੰਦਰ ਜਾਂਦੇ ਆ ਤੇ ਆਪਾਂ ਕਾਹ ਮਹਾਰਾਜ ਨੂੰ ਟੇਕਦੇ ਆ ਮੱਥਾ ਤੇ ਨਾਲ ਹੀ ਕਰਦੇ ਆ ਜੀ ਆਪਾਂ ਇਤਿਹਾਸ ਦੀ ਜਾਣਕਾਰੀ ਤੇ ਦਰਸ਼ਨ ਕਰਦੇ ਆ ਜੀ ਜਿਹੜਾ ਇੱਥੋਂ ਦਾ ਭਾਈ ਇਤਿਹਾਸ ਹੈ ਜੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇੱਕ ਸੇਵਕ ਇੱਕ ਪਿਆਰੇ ਦਾ ਇਥੇ ਜ਼ਿਕਰ ਆਉਂਦਾ ਜੀ ਦਾ ਨਾਮ ਭਾਈ ਗੁਲਾਬ ਸਿੰਘ ਹੈ ਗੁਲਾਬ ਸਿੰਘ ਜਿਹੜਾ ਉਹ ਸਰਸੇ ਦੇ ਰਹਿਣ ਵਾਲਾਗਾ ਇਹ ਸਰਸੇ ਦੇ ਰਹਿਣ ਵਾਲਾ ਗੁਲਾਬ ਸਿੰਘ ਸਮੇਤ ਪਰਿਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਆਨੰਦਪੁਰ ਸਾਹਿਬ ਜਾ ਕੇ ਅੰਮ੍ਰਿਤ ਪਾਨ ਕੀਤਾ ਸੀ ਉਹਨੇ ਤੇ ਜਿਹੜਾ ਇਹ ਨਗਰ ਹੈ ਜਿੱਥੇ ਆਪਾਂ ਹੁਣ ਗੁਰਤਾਮ ਦੇ ਦਰਸ਼ਨ ਕਰ ਰਹੇ ਆ ਆ ਸਾਹਮਣੇ ਦੇਖੋ ਤੁਸੀਂ ਛੱਤ ਦੇ ਉੱਤੇ ਖੰਡਾ ਲੱਗਿਆ ਹਨਾ ਜੀ ਕਿੰਨਾ ਸੋਹਣਾ ਡਿਜ਼ਾਈਨ ਪਾ ਕੇ ਲਾਇਆ ਹੋਇਆ ਇਹ ਜਿਹੜਾ ਸਥਾਨ ਦੇ ਆਪਾਂ ਦਰਸ਼ਨ ਕਰ ਰਹੇ ਆ ਇਸ ਨਗਰ ਦੇ ਵਿੱਚ ਭਾਈ ਗੁਲਾਬ ਸਿੰਘ ਜਿਹੜਾਗਾ ਉਹ ਆਪਣੀ ਕਿਰਤ ਕਰਦਾ ਸੀ ਇੱਥੇ ਉਹਦੀ ਦੁਕਾਨ ਸੀਗੀ ਤੇ ਉਸ ਦੁਕਾਨ ਦੇ ਵਿੱਚ ਬੈਠ ਕੇ ਉਹ ਆਪਣਾ ਸੁਨਿਆਰੇ ਦਾ ਕੰਮ ਕਰਦਾ ਸੀ ਗਹਿਣੇ ਬਣਾਉਂਦਾ ਸੀ ਉਹ ਤਾਂ ਇੱਥੇ ਹੀ ਇੱਕ ਔਰੰਗਜੀਬ ਦਾ ਔਰੰਗਦੇਵ ਬਾਦਸ਼ਾ ਦਾ ਸਿਪਾਹੀ ਰਹਿੰਦਾ ਸੀਗਾ ਅ ਨਵੀ ਬਖਸ਼ ਜੀ ਨਵੀ ਬਖਸ਼ ਉਹ ਇੱਥੇ ਰਹਿੰਦਾ ਸੀ ਤੇ ਆਪਣੇ ਪਰਿਵਾਰ ਸਮੇਤ ਰਹਿੰਦਾ ਸੀ ਉਹ ਵੀ ਤੇ ਇੱਕ ਦਿਨ ਜਿਹੜਾ ਗੁਰੂ ਕਾ ਸੇਵਕ ਭਾਈ ਗੁਲਾਬ ਸਿੰਘ ਹੈ ਉਹਨੂੰ ਗਹਿਣੇ ਬਣਾਉਣਾ ਵਾਸਤੇ ਆਪਣੇ ਘਰ ਬੁਲਾਇਆ ਤੇ ਆਪ ਨਵੀ ਬਖਸ਼ ਘਰ ਨਹੀਂ ਸੀ ਉਹਦੀ ਬੇਗਮ ਸੀ ਤੇ ਬੇਗਮ ਨੇ ਬੁਲਾਇਆ ਤਾਂ ਜਦੋਂ ਉਹਦੀ ਬੇਗਮ ਨੇ ਗੁਰੂ ਕੇ ਪਿਆਰੇ ਵੱਲ ਵੇਖਿਆ ਉਹਦਾ ਜਲਾਲ ਵੇਖਿਆ ਤਾਂ ਉਹਦੇ ਤੇ ਉਹ ਮੋਹਿਤ ਹੋ ਜਾਂਦੀ ਆ ਜਦੋਂ ਮੋਹਿਤ ਹੋ ਗਈ ਉਹਨੇ ਆਪਣੇ ਮਨ ਦੀ ਦੁਰਦੇਸ਼ਾ ਦੱਸੀ ਤਾਂ ਭਾਈ ਗੁਲਾਬ ਸਿੰਘ ਨੇ ਉਹਦੀ ਮਨ ਦੀ ਮਾੜੇ ਹਾਲਾਤ ਮਾੜੇ ਫੁਰਨਿਆਂ ਨੂੰ ਵੇਖ ਕੇ ਉਹਨੂੰ ਜਵਾਬ ਦੇ ਦਿੱਤਾ ਵੀ ਮੇਰੇ ਗੁਰੂ ਦਾ ਮੇਰੇ ਅਦੀਦ ਦਾ ਇਹ ਹੁਕਮ ਹੈ ਵੀ ਮੈਂ ਇਹ ਕਰਮ ਨਹੀਂ ਕਰਨਾ ਜਵਾਬ ਦੇ ਕੇ ਗੁਰੂ ਦਾ ਪਿਆਰਾ ਸਿੱਖ ਆਪਣੀ ਦੁਕਾਨ ਵੱਲ ਨੂੰ ਵਧਿਆ ਤਾਂ ਪਿੱਛੋਂ ਜਿਹੜੀ ਭਾਈ ਉਹਦੀ ਬੇਗਮ ਸੀਗੀ ਉਹਦੀ ਬੇਗਮ ਨੇ ਚੋੜੀਆਂ ਭੰਨ ਕੇ ਆਪਣੇ ਵਸਤਰ ਪਾੜ ਕੇ ਤੇ ਰੌਲਾ ਪਾ ਦਿੱਤਾ ਕਹਿੰਦੀ ਵੀ ਜਿਹੜਾ ਗੁਲਾਬ ਸਿੰਘ ਹੈ ਮੇਰੀ ਇੱਜ਼ਤ ਜਿਹੜੀ ਸੀ ਲੋਟਣ ਵਾਸਤੇ ਆਇਆ ਤਾਂ ਇਹ ਗੱਲ ਜਿਹੜੀ ਹੈ ਨਬੀ ਬਖਸ਼ ਕੋਲੇ ਪਹੁੰਚਦੀ ਹੈ ਜਿਹੜਾ ਬੇਗਮ ਦਾ ਘਰ ਵਾਲਾਗਾ ਉਹਨੇ ਬਿਨਾ ਕੋਜੇ ਜਾਣਿਆ ਬਿਨਾ ਸੱਚ ਕੀਆ ਝੋਠ ਕੀਆ ਇਹ ਸੱਚ ਝੋਠ ਦਾ ਨਤਾਰਾ ਨਾ ਕੀਤਾ ਤੇ ਗੁਰੂ ਦੇ ਸੇਵਕ ਭਾਈ ਗੁਲਾਬ ਸਿੰਘ ਨੂੰ ਹੱਥ ਕੜੀਆਂ ਲਾ ਕੇ ਬੇੜੀਆਂ ਪੈਰਾਂ ਚ ਪਾ ਕੇ ਤੇ ਉਹਨੂੰ ਇੱਕ ਕੈਦ ਦੇ ਵਿੱਚ ਕੈਦਖਾਨੇ ਦੇ ਵਿੱਚ ਸੁੱਟ ਦਿੱਤਾ ਗਿਆ ਉਹ ਕੈਦਖਾਨਾ ਕਿੱਥੇ ਆ ਜੀ ਸੰਗਤ ਜੀ ਆ ਵੇਖੋ ਆ ਜਿਹੜਾ ਥੜਾ ਬਣਿਆ ਨਾ ਹੁਣ ਆਪਾਂ ਥੜੇ ਦੇ ਦਰਸ਼ਨ ਕਰ ਰਹੇ ਆ ਜਿਹੜੇ ਏ ਆ ਸਾਹਮਣੇ ਜਿੱਥੇ ਮਹਾਰਾਜ ਰੂਪ ਸੁਹਾਇਮਾਨ ਹੈ ਇਸ ਟਾਈਮ ਆ ਥੜੇ ਦੇ ਬਿਲਕੁਲ ਥੱਲੇ ਜੀ ਭੋਰਾ ਸਾਹ ਬਣਿਆ ਗੁਰਦੁਆਰਾ ਸਾਹਿਬ ਏ ਭੋਰਾ ਸਾਹਿਬ ਦੇ ਨਾਮਤੀ ਆ ਇਹਦੇ ਥੱਲੇ ਭੋਰਾ ਬਣਿਆ ਹੋਇਆ ਜੀ ਉਹ ਭੋਰੇ ਦੇ ਵਿੱਚ ਗੁਰੂ ਦੇ ਪਿਆਰੇ ਨੂੰ ਭਾਈ ਗੁਲਾਬ ਸਿੰਘ ਨੂੰ ਬੇੜੀਆਂ ਤੇ ਹੱਥਕੜੀਆਂ ਲਾ ਕੇ ਉੱਥੇ ਸੁੱਟ ਦਿੱਤਾ ਗਿਆ ਉਸ ਤੋਂ ਬਾਅਦ ਜਦੋਂ ਉਹਨੂੰ ਭਾਈ ਜੇਲ ਖਾਨੇ ਦੇ ਵਿੱਚ ਪਾਤਾ ਤੇ ਸੱਚ ਤੇ ਝੂਠ ਦਾ ਪਤਾ ਨਾ ਕੀਤਾ ਵੀ ਸੱਚ ਕੀ ਆ ਝੂਠ ਕੀ ਆ ਇਹੋ ਮੇਗਵਨੀਆਂ ਗੱਲਾਂ ਦੇ ਵਿੱਚ ਆ ਕੇ ਗੁਰੂ ਦੇ ਸੇਵਕ ਦੇ ਨਾਲ ਉਹਨੇ ਆ ਬਦਸਲੂਕੀ ਕੀਤੀ। ਉਦੋਂ ਬਾਅਦ ਜੀ ਗੁਰੂ ਦਾ ਸੇਵਕ ਜਿਹੜਾ ਸੀ ਭੂਰੇ ਦੇ ਵਿੱਚ ਬੈਠਾ ਜੇਲ੍ਹਖਾਨੇ ਦੇ ਵਿੱਚ ਬੈਠਾ ਆਪਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਯਾਦ ਕਰਦਾ ਅਰਦਾਸਾਂ ਕਰਦਾ ਮਹਾਰਾਜ ਕਿਰਪਾ ਕਰੋ ਮੇਰੀ ਲਾਜ ਪਾਤ ਰੱਖੋ ਜੀ ਤੇ ਕਿਰਪਾ ਕਰਕੇ ਮੈਨੂੰ ਬੰਦਨਾ ਤੋਂ ਛੁਟਕਾਰਾ ਦਿਵਾਓ ਤੇ ਉੱਥੇ ਬੈਠ ਕੇ ਨਾਮ ਜਪਦਾ ਰਿਹਾ ਜੀ ਅੱਠੇ ਪਹਿਰ ਗੁਰੂ ਨੂੰ ਯਾਦ ਕਰਦਾ ਰਿਹਾ ਸਿਦਕवान ਰਿਹਾ ਸਿਦਕ ਤੋਂ ਡੋਲਿਆ ਨਹੀਂ ਫਿਰ ਉਹ ਦਵਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਉਥੋਂ ਅ ਮਹਾਰਾਜ ਦੇ ਚਰਣਾ ਚਰਦਾਸ ਬੇਨਤੀ ਪਹੁੰਚਦੀ ਅਤੇ ਮਹਾਰਾਜ ਸਰਸਾ ਪਿੰਡ ਜਾਂਦੇ ਨੇ ਜਿਹਦਾ ਨਗਰ ਸਰਸਾ ਜੀ ਭਾਈ ਗੁਲਾਬ ਸਿੰਘ ਦਾ ਉੱਥੇ ਇਹਨਾਂ ਦੇ ਘਰ ਗਏ ਤਾਂ ਮਾਤਾ ਨੇ ਦੱਸਿਆ ਵੀ ਗੁਲਾਬ ਸਿੰਘ ਨੂੰ ਤੇ ਕੈਦ ਕਰ ਲਿਆ ਆ ਆ ਉਹਦੇ ਉੱਤੇ ਦੋਸ਼ਾਂ ਲਾ ਦਿੱਤੇ ਨੇ ਤੇ ਆ ਹੁਣ ਆਪਾਂ ਚੱਲਦੇ ਆਂ ਭੋਰੇਵਾਲ ਨੂੰ ਜਿੱਥੇ ਭਾਈ ਗੁਲਾਬ ਸਿੰਘ ਨੂੰ ਕੈਦ ਕੀਤਾ ਗਿਆ ਨਮਸਕਾਰ ਕਰਨ ਤੋਂ ਬਾਅਦ ਭਾਈ ਆਹ ਦੇਖੋ ਤੀਰ ਲੱਗਿਆ ਭੋਰਾ ਸਾਹਿਬ ਨੂੰ ਉਹ ਸਾਹਮਣੇ ਜਿਹੜਾ ਸਿੰਘ ਜਾ ਰਿਹਾ ਉਹ ਭੋਰੇ ਦੇ ਵਿੱਚੋਂ ਜਾ ਰਿਹਾ ਜੀ ਆਪਾਂ ਵੀ ਚੱਲਦੇ ਆਂ ਤੇ ਨਾਲ ਨਾਲ ਤੁਹਾਨੂੰ ਇਥੋਂ ਦਾ ਇਤਿਹਾਸ ਵੀ ਆਪਾਂ ਦੱਸ ਰਹੇ ਆਂ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਕਿਉਂਕਿ ਵਿਚਕਾਰ ਜਦੋਂ ਆਪਾਂ ਵੀਡੀਓ ਛੱਡ ਦਿੰਦੇ ਆਂ ਤਾਂ ਉਹ ਇਤਿਹਾਸ ਜਿਹੜਾ ਵਿੱਚ ਜੁੜਦਾ ਨਹੀਂ ਥੋੜਾ ਜਨਾ ਹੀਰਾਗਾ ਅੰਦਰ ਜਾ ਕੇ ਭਾਈ ਬਲਕਾਰ ਸਿੰਘ ਅਨਲਾਈਟ ਜਗਾਊਗਾ ਇਹ ਪਛਾਣਨ ਚ ਚਲੇ ਜਾਵਾਂਗੇ ਥੋੜਾ ਜਨਾ ਹੀਰਾ ਜਾਦਿਆ ਹਾਂਜੀ ਤੇ ਆਓ ਸੰਗਤ ਜੀ ਆਪਾਂ ਚੱਲਦੇ ਆਂ ਅੰਦਰ ਤੇ ਜਦੋਂ ਇੱਥੇ ਆ ਜਿਹੜਾ ਆਪਾਂ ਹੁਣ ਭੋਰਾ ਸਾਹਿਬ ਦੇ ਅੰਦਰ ਜਾ ਰਹੇ ਆ ਇੱਥੇ ਉਹ ਸਿਦਕੀ ਸਿੱਖ ਭਾਈ ਗੁਲਾਬ ਸਿੰਘ ਨੂੰ ਬੇੜੀਆਂ ਨਾਲ ਹੱਥਕੜੀਆਂ ਲਾ ਕੇ ਇੱਥੇ ਉਹਨੂੰ ਛੁੱਟ ਦਿੱਤਾ ਗਿਆ ਸੀ ਆ ਇੱਥੇ ਬੈਠ ਕੇ ਭਾਈ ਗੁਲਾਬ ਸਿੰਘ ਭਾਈ ਫਿਰ ਗੁਰੂ ਨੂੰ ਯਾਦ ਕਰਦਾ ਰਿਹਾ ਬੰਦਗੀ ਕਰਦਾ ਰਿਹਾ ਉਹ ਸਾਹਮਣੇ ਦੇਖੋ ਤੁਸੀਂ ਉਹ ਸਿਦਕੀ ਬਾਨ ਸਿੱਖ ਦੀ ਤਸਵੀਰ ਲੱਗੀ ਆ ਉਹ ਸਾਹਮਣੇ ਵੇਖੋ ਇਹ ਥੋੜਾ ਜਿਹਾ ਮੈਂ ਨੇੜੇ ਕਰਕੇ ਦਿਖਾਉਣਾ ਤੁਹਾਨੂੰ ਇਹ ਆ ਵੇਖੋ ਜੀ ਇਹ ਉਹ ਹੈ ਭਾਈ ਗੁਲਾਬ ਸਿੰਘ ਜਿਨ੍ਹਾਂ ਦੇ ਉੱਤੇ ਝੂਠਾ ਇਲਜ਼ਾਮ ਲਾਇਆ ਗਿਆ ਸੀ ਨਵੀ ਬਖਸ਼ ਦੀ ਬੇਗਮ ਵੱਲੋਂ ਹਨਾ ਜੀ ਇਹ ਸਿੰਘ ਹੈ ਜੀ ਉਹ ਆ ਵੇਖੋ ਉਹਦੀ ਤਸਵੀਰ ਬਣੀ ਹੋਈ ਹੈ ਤੇ ਆ ਆਪਰਾਤਨ ਕੰਦਾ ਜੀ ਉਹੀ ਪਿੱਛੇ ਪੁਰਾਣੀ ਕੰਦਾ ਜੇਲ ਖਤਾ ਜੇਲਖਾਨੇ ਦੀ ਜਿਹੜੀ ਇਹ ਜੇਲ ਸੀ ਜਿੱਥੇ ਇਹਨਾਂ ਨੂੰ ਬੰਦ ਕੀਤਾ ਗਿਆ ਸੀ ਤਾਂ ਇਹਨੇ ਭਾਈ ਅਰਦਾਸ ਕੀਤੀ ਮਹਾਰਾਜ ਕਿਰਪਾ ਕਰੋ ਮਹਾਰਾਜ ਇਹਦੇ ਨਗਰ ਪਹੁੰਚਦੇ ਨੇ ਤਾਂ ਇਹਦੀ ਮਾਤਾ ਨੇ ਦੱਸਿਆ ਵੀ ਗੁਲਾਬ ਸਿੰਘ ਦੇ ਨਾਲ ਮਹਾਰਾਜ ਜੀ ਆ ਘਟਨਾ ਵਾਪਰ ਗਈ ਮਹਾਰਾਜ ਫਿਰ ਉੱਥੋਂ ਭਾਈ ਇੱਥੇ ਨੂੰ ਆਉਂਦੇ ਨੇ ਇਸ ਨਗਰ ਵਿੱਚ ਆਉਂਦੇ ਨੇ ਤਾਂ ਜਿਹੜਾ ਨਵੀ ਬਖਸ਼ ਸੀ ਉਹ ਆਪਣੇ ਆਪਣੇ ਸਿਪਾਈਆਂ ਦੇ ਨਾਲ ਬਾਗ ਦੇ ਵਿੱਚ ਟਹਿਲਦਾ ਸੀ ਮਹਾਰਾਜ ਨੇ ਆ ਕੇ ਗਰਦਨ ਤੋਂ ਫੜਿਆ ਤੇ ਕਹਿਣ ਲੱਗੇ ਦੱਸੋਏ ਦੁਸਤਾ ਤੈਂ ਸਾਡਾ ਸੇਵਕ ਕਿੱਥੇ ਸੁੱਟਿਆਗਾ ਤਾਂ ਉਹ ਘਬਰਾ ਗਿਆ ਇੰਨਾ ਘਬਰਾਇਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਉਹ ਬੋਲ ਨਹੀਂ ਸਕਿਆ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹਿਸਾਰਾ ਕਰਕੇ ਇੱਧਰ ਦੇ ਵੱਲ ਲਿਆਉਂਦਾ ਤੇ ਇੱਥੇ ਆ ਜਾਂਦਾ ਭਾਈ ਆਪਾਂ ਜਿਹੜੇ ਸਥਾਨ ਦੇ ਦਰਸ਼ਨ ਕਰ ਰਹੇ ਆ ਇੱਥੇ ਲਿਆਂਦਾ ਮਹਾਰਾਜ ਨੂੰ ਤਾਂ ਫਿਰ ਮਹਾਰਾਜ ਨੇ ਆਪਣੇ ਸੇਵਕ ਨੂੰ ਕਿਹਾ ਭਾਈ ਗੁਲਾਬ ਸਿੰਘ ਆ ਬਾਹਰ ਆ ਤੇ ਜਦੋਂ ਗੁਲਾਬ ਸਿੰਘ ਨੇ ਮਵਾਜ਼ ਸੁਣੀ ਵੀ ਤਾਂ ਮੇਰੇ ਪਾਤਸ਼ਾਹ ਗੋਬਿੰਦ ਸਿੰਘ ਮਹਾਰਾਜ ਦੀ ਆਵਾਜ਼ ਹੈ ਤੇ ਉਹ ਕਹਿਣ ਲੱਗਿਆ ਮਹਾਰਾਜ ਆ ਨਹੀਂ ਸਕਦਾ ਹੱਥ ਕੜੀਆਂ ਲੱਗੀਆਂ ਨੇ ਤੇ ਮਹਾਰਾਜ ਨੇ ਕਿਹਾ ਕੋਈ ਗੱਲ ਨਹੀਂ ਸਤਨਾਮ ਵਾਹਿਗੁਰੂ ਕਹਿ ਗੁਰੂ ਤੇਰੇ ਬੰਦਨ ਤੋੜੂਗਾ ਤਾਂ ਭਾਈ ਗੁਲਾਬ ਸਿੰਘ ਨੇ ਸਤਨਾਮ ਵਾਹਿਗੁਰੂ ਕਿਹਾ ਤਾਂ ਭਾਈ ਉਹਦੀਆਂ ਬੇੜੀਆਂ ਟੁੱਟ ਗਈਆਂ ਤੇ ਗੁਰੂ ਕਾ ਸੇਵਕ ਬਾਹਰ ਆ ਗਿਆ ਪੂਰੇ ਤੋਂ ਮਹਾਰਾਜ ਦਾ ਸ਼ੁਕਰਾਨਾ ਕਰਦਾਗਾ ਤੇ ਮਹਾਰਾਜ ਨੇ ਫਿਰ ਭਾਈ ਕਿਹਾ ਵੀ ਜੋ ਵੀ ਭਾਈ ਇੱਥੇ ਸ਼ਰਧਾ ਭਾਵਨਾ ਦੇ ਨਾਲ ਆਉਣਗੇ ਉਹਨਾਂ ਦੇ ਏਸੇ ਤਰ੍ਹਾਂ ਭਾਈ ਬੰਦਨ ਟੁੱਟਣਗੇ ਤੇ ਅੱਜ ਵੀ ਸੰਗਤਾਂ ਦੂਰੋਂ ਦੂਰੋਂ ਇੱਥੇ ਪਹੁੰਚਦੀਆਂ ਨੇ ਤੇ ਆਪਣੀਆਂ ਭਾਵਨਾਵਾਂ ਆਪਣੇ ਜਿਹੜੇ ਬੰਦਨ ਨੇ ਗੁਰੂ ਦੇ ਕੋਲੋਂ ਉਹ ਬੰਦਨਾ ਤੋਂ ਛੁਟਕਾਰਾ ਪ੍ਰਾਪਤ ਕਰ ਲੈਂਦੇ ਨੇ ਜੀ ਤੁਸੀਂ ਹੁਣ ਇਹਦਾ ਪਤਾ ਨੋਟ ਕਰੋ ਜੀ ਇਹ ਜਿਹੜਾ ਸਥਾਨ ਹੈ ਗੁਰਦੁਆਰਾ ਪੂਰਾ ਸਾਹਿਬ ਪਿੰਡ ਜਿਹੜਾ ਜੀ ਅਕਬੁਰਪੁਰ ਖੜਿਆਲ ਜ਼ਿਲ੍ਹਾ ਮਾਨਸਾ ਪੰਜਾਬ ਦੇ ਵਿੱਚ ਤੇ ਇਹਦੇ ਨੇੜੇ ਜਿਹੜੇ ਸ਼ਹਿਰ ਨੇ ਜੀ ਬਰੇਟਾ ਅਤੇ ਜਾਖਲ ਮੰਡੀ ਲਹਿਰਾ ਇਹ ਨੇੜੇ-ਨੇੜੇ ਸ਼ਹਿਰ ਨੇ ਜੀ ਤਕਰੀਬਨ ਕੋਈ ਸ਼ਹਿਰ ਇਹ ਤੋਂ 7 ਕਿਲੋਮੀਟਰ ਹੈ ਕੋਈ 2 ਕਿਲੋਮੀਟਰ ਹੈ ਕੋਈ ਭਾਈ ਤਕਰੀਬਨ 10 10-12 ਕਿਲੋਮੀਟਰ ਤੇ ਹੈ ਜੀ ਇਹ ਇਸ ਸਥਾਨ ਤੇ ਆਓ ਤੁਸੀਂ ਦਰਸ਼ਨ ਕਰੋ ਦਰਸ਼ਨ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ ਜੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਿਓ ਲਾਇਕ ਕਮੈਂਟ ਜ਼ਰੂਰ ਕਰਿਓ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹ ਦੱਸਾਂਗੇ ਵੀ ਭਾਈ ਗੁਲਾਬ ਸਿੰਘ ਨੂੰ ਇਥੋਂ ਮਹਾਰਾਜ ਨਵੀ ਬਖਸ਼ ਦੀ ਕੈਦ ਚੋਂ ਛਡਾ ਕੇ ਅੱਗੇ ਕਿੱਥੇ ਲੈ ਕੇ ਜਾਂਦੇ ਨੇ ਤੇ ਭਾਈ ਗੁਲਾਬ ਸਿੰਘ ਨੂੰ ਕਿੱਥੋਂ ਦੀ ਸੇਵਾ ਸੰਭਾਉਂਦੇ ਨੇ ਤੇ ਫਿਰ ਭਾਈ ਗੁਲਾਬ ਸਿੰਘ ਦੀ ਸ਼ਹਾਦਤ ਕਿਹੜੇ ਅਸਥਾਨ ਤੇ ਹੁੰਦੀ ਹੈ ਜੀ ਅਗਲੀ ਵੀਡੀਓ ਵੇਖਣ ਵਾਸਤੇ ਭਾਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ